ਬਾਰਿਸ਼ ਤੋਂ ਬਾਅਦ ਪੌਦਿਆਂ ਦਾ ਹਾਲ ਤੁਹਾਡੇ ਸਾਹਮਣੇ ਹੀ ਮਾਸ਼ਾਅੱਲਾ ਕਿਸ ਤਰ੍ਹਾਂ ਖਿਲਖਿਲਾ ਰਹੇ ਨੇ। ਅਸਲਾਮ ਅਲੈਕੁਮ ਵੀਵਰਸ, ਨਵੇਂ ਵਲੌਗ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਹਾਂ। ਇਹ ਜਨਾਬ ਸਾਡੇ ਚਾਚਾ ਜੀ ਬਜ਼ੁਰਗ ਨੇ ਜਿਹੜੇ ਇੱਥੇ ਕੰਮ ਕਾਜ ਕਰਦੇ ਨੇ, ਅਤੇ ਇਹਨਾਂ ਨੇ ਬੱਕਰੀਆਂ ਵਾਸਤੇ ਜਿਹੜਾ ਨਾ ਦਰਖਤ ਕੱਟ ਰਹੇ ਨੇ ਤਾਂ ਕਿ ਉਹਨਾਂ ਨੂੰ ਚਾਰਾ ਪਾਈਏ। ਚਾਚੇ ਨੂੰ ਲੱਗ ਗਈ ਇਹ ਕੁਹਾੜੀ ਪੈਰ 'ਤੇ ਨਾ, ਅਤੇ ਖੂਨ ਵਗ ਰਿਹਾ, ਅਤੇ ਚਾਚੇ ਨੂੰ ਕਹਿ ਰਹੇ ਚਾਚਾ ਜੀ ਥੱਲੇ ਆਇਓ ਪੱਟੀ ਕਰਾਈਏ। ਚਾਚਾ ਜੀ ਮੰਨ ਨਹੀਂ ਰਹੇ, ਬੜੀ ਮੁਸ਼ਕਿਲ ਨਾਲ ਚਾਚਾ ਜੀ ਨੂੰ ਮਨਾਇਆ। ਚਲੋ ਸ਼ੁਕਰ ਹੈ ਕਿ ਮੰਨ ਗਏ ਨੇ, ਥੱਲੇ ਆ ਰਹੇ ਨੇ, ਅਤੇ ਇਹਨਾਂ ਦਾ ਪੱਟੀ ਛੁੱਟੀ ਕਰਾਉਂਦੇ ਹਾਂ। ਪੱਟੀ ਛੁੱਟੀ ਕੀ ਇਹਨਾਂ ਨੇ ਕਰਨੀ ਹੁੰਦੀ ਹੈ? ਇਹਨਾਂ ਨੂੰ ਜਿਹੜਾ ਵੀ ਜ਼ਖਮ ਲੱਗ ਜਾਏ ਕਹਿੰਦੇ ਨੇ ਜੀ ਆ ਡੀਜ਼ਲ ਲਾਓ ਮਾੜਾ ਜਿਹਾ, ਇੱਥੇ ਆ ਪੱਟੀ ਪੱਲੀ ਨਾਲ ਬੰਨ੍ਹ ਕੇ ਪੱਟੀ ਬੰਨ੍ਹ ਦਿਓ, ਅਤੇ ਚੱਲ ਜੀ ਕੰਮ ਠੀਕ ਹੈ, ਸੂਤਰ ਹੈ, ਕੰਮ ਚੱਲ ਗਿਆ, ਆਰਾਮ ਆ ਜਾਏਗਾ ਆਪ ਹੀ। ਅੱਗੇ ਵੀ ਇਹਨਾਂ ਦੇ ਪਤਾ ਨਹੀਂ ਹੱਥ ਵਿੱਚ ਜੀ ਸੀ ਛੋਟਾ ਦੱਸ ਰਿਹਾ, ਉਹ ਵੀ ਇਹਨਾਂ ਨੇ ਜੀ ਪੱਟੀ ਬੰਨ੍ਹੀ ਹੈ, ਅਤੇ ਬਸ ਤੁਰ ਰਿਹਾ ਕੰਮ। ਬਹੁਤ ਹੀ ਮਿਹਨਤੀ ਸ਼ਖਸ ਨੇ ਮਾਸ਼ਾਅੱਲਾ, ਬਹੁਤ ਹੀ। ਅਸੀਂ ਚਾਚੇ ਦੀ ਪੱਟੀ ਕਰ ਲਈਏ, ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ, ਅਤੇ ਮੈਂ ਵਾਅਦਾ ਕਰਨਾ ਤੁਹਾਡੇ ਹੱਥ ਨੂੰ ਕੁਛ ਨਹੀਂ ਆਉਣ ਲੱਗਾ। ਅਤੇ ਵਿਆਹ 'ਤੇ ਜਾਣਾ ਸੀ, ਵਿਆਹ 'ਤੇ ਪਹੁੰਚ ਗਏ ਹਾਂ, ਇੱਥੇ ਸਾਨੂੰ ਅਜੀਬ ਹੀ ਕੰਮ ਵੇਖਣ ਨੂੰ ਲੱਭ ਰਿਹਾ। ਬਰਾਤ ਜਾ ਰਹੀ ਹੈ ਅਤੇ ਆਹ ਸਾਹਮਣੇ ਲੋਕ ਡਾਂਗਾਂ ਲਾ ਕੇ ਕੱਪੜੇ ਬੰਨ੍ਹ ਕੇ ਫਿਰ ਰਹੇ ਨੇ। ਤੁਸੀਂ ਵੇਖ ਕੇ ਤਾਂ ਹੈਰਾਨ ਤਾਂ ਹੋ ਰਹੇ ਹੋਗੇ ਕੀ ਹੋ ਰਿਹਾ। ਇਹ ਜਨਾਬੇ ਵਾਲਾ ਪੈਸੇ ਇਕੱਠੇ ਕਰਨ ਵਾਲੇ ਲੋਕ ਨੇ। ਅਤੇ ਅੱਜ ਇੱਕ ਹੋਰ ਕੰਮ ਨਵਾਂ ਹੋ ਗਿਆ ਜੀ, ਮੱਝ ਸੀ ਆਪਣੀ, ਅਤੇ ਮੱਝ ਦਾ ਜਿਹੜਾ ਨਾ ਸਿੰਘ ਗਿਆ ਟੁੱਟ, ਅਤੇ ਨਾਲ ਹੀ ਇੱਕ ਹੋਰ ਕੰਮ ਹੋ ਗਿਆ। ਉਹ ਸਿੰਘ ਟੁੱਟਾ ਸੀ ਕੋਈ 10-15 ਦਿਨ ਪਹਿਲੇ, ਅਤੇ ਉਹਦੀ ਪੇਨ ਦੇ ਨਾਲ ਨਾਲ ਹੀ ਜਿਹੜਾ ਨਾ ਉਹ ਬੱਚਾ ਦੇਣਾ ਸੀ, ਦੇਣ ਵਾਲੀ ਸੀ, ਤਕਰੀਬਨ 4th-5th ਮਹੀਨਾ ਸੀ ਉਹਨੂੰ, ਅਤੇ ਉਹ ਤਰੂ ਪਈ ਜੇ। ਇਹ ਵੇਖ ਲਓ ਇਹ ਮੱਝ ਜੇ, ਆਹ ਸਿੰਘ ਦਾ ਟੁੱਟਾ ਹੈ, ਬਸ ਬੱਜ ਲੱਗ ਗਈ ਗਰੀਬਣੀ ਨੂੰ, ਉੱਤੋਂ ਤਰੂ ਪਈ ਹੈ, ਹੁਣ ਦਾ ਕੋਈ ਹਾਲ ਨਹੀਂ। ਦੁੱਧ ਦੇਣ ਲੱਗ ਪਈ ਹੈ 2 ਟਾਈਮ, ਪਰ ਜਿਹੜਾ ਨਾ ਹਾਲ ਕੋਈ ਨਹੀਂ ਹੁਣ।